ब्रेक के बाद स्वागत है जी। विचार वटांदरा अज असी जारी रखे हुआ है कि बैकफुट ते किस कारण पहुंची है श्रोमणी अकाली दल बादल, क्योंकि मीडिया रिपोर्ट्स के मुताबिक श्रोमणी अकाली दल बादल नूं लैके रोष जिहड़ा वो पंजाब दे वसनीकां वल्लों विखर रहा है, क्योंकि लगातार असी वेख्या कि जिहड़े रोस मुजाहरे ने वो हुण गल्लां तों इलावा सड़कां दे उत्ते वी उतर आए हैं, चाहे वह रागी ढाडी जत्थे होण, श्रोमणी अकाली दल बादल दे खुद आप हिमायती होण, विरोधी धिर होवे, तां उह शिकंजा कसदा होया तर्क देंदा होया नज़र आ रहा है। बेदबियां मामले तो बाद यह जिहड़ी गल है और ज़्यादा पखी है। आखिरकार श्रोमणी अकाली दल बादल दा हुण की स्टैंड होएगा अगली विधानसभा चोणां दा विच, उस तों पहलां 2019 दीआं लोकसभा चोणां आ रहीआं हन, हुण कित्थे स्टैंड करदी है श्रोमणी अकाली दल बादल, अज इस नूं लैके विचार वटांदरा असीं जारी रखिआ होया। एक असीं वादा तुहाडे नाल कीता सीगा कि जिहड़े दर्शक सानूं रोज़ाना फोन करदे हन असीं उहनां नूं इंटरनेशनल पद्धर दे उत्ते लोकां नूं वी मुखातिब करावांगे, बकायदा तौर दे उहनां दी तस्वीर ला के अज अपना वादा असीं पूरा करन जा रहे हां, क्योंकि सानूं पिछले वीक मेल आईआं, उहनां मेलां दे विच सानूं एक साडे कॉलर जो कि सानूं रोज़ाना फोन करदे हन अज असीं उहनां नूं तुहाडे सामने लैके आ रहे हां, मुखातिब करा रहे हां। गुरदेव सिंह भोगल जो कि अपनी शायरी दे अंदाज़ दे अपनी उस कलम नूं इस तरीके नाल लिखदे हन कि जिहड़ा साडा मुद्दा प्रोग्राम हुंदा उह उस दे नाल संबंधित हुंदा, उहनां दा शेर उहनां दी जिहड़ी गाय जो उह लिखदे हन, और मैं इह वी दर्शकां नूं दसणा चाहुंदा कि कहीं ना कहीं उह जज्बात जिहड़े ने वो गल्लां जिहड़ियां हन वो लियाउणियां लाजमी हो जांदियां हन कि जद एक कॉलर सानूं रोज़ाना फोन करके अपनी गल, अपने तर्क, अपने विचार, अपने सजैशनस, अपने कंकलूजनस सानूं इस मुद्दे दे मुतलक देंदे हन। मैं तुहानूं मुखातिब करा रहा, गुरदेव सिंह भोगल साडे नाल इस टाइम फोन लाइन ते मौजूद ने इंग्लैंड तों, लंडन तों। गुरदेव सिंह भोगल जी, वाहिगुरू जी का खालसा वाहिगुरू जी की फतेह, बहुत बहुत स्वागत है तुहाडा साडे प्रोग्राम अज दे मुद्दे दे विच। ਹਰਕੀਰਤ ਸਿੰਘ ਜੀ, ਤੁਹਾਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ 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 ਹਰਕੀਰਤ ਸਿੰਘ ਜੀ, ਬਹੁਤ ਧੰਨਵਾਦ ਤੁਹਾਡਾ। ਤੇ ਜਿਹੜਾ ਅੱਜ ਮੁੱਦਾ ਰੱਖਿਆ ਹੋਇਆ ਆਪਣੇ ਹਰਕੀਰਤ ਸਿੰਘ ਜੀ, ਇਹ ਮੁੱਦਾ ਬੜੇ ਕਾਫੀ ਸਮੇਂ ਤੋਂ ਇਹ ਪੱਖਦਾ ਆ ਰਿਹਾ, ਪੱਖਦਾ ਮਸਲਾ ਆ ਇਹ। ਕੱਲ ਵੀ ਗੱਲ ਹੋਈ ਸੀ, ਢੀਸੀ ਸਾਹਿਬ ਨੇ ਹੋਰਾਂ ਨੂੰ ਵੀ ਕਿਹਾ ਸੀਗਾ ਵੀ ਜਿਹੜੇ ਦਰਅਸਲ ਜਿਹੜੇ ਪੰਜਾਬ ਦੇ ਜਿਹੜੇ ਧਾਰਮਿਕ ਲੋਕ ਵੀ ਨੇ ਨਾ, ਜਾਂ ਧਾਰਮਿਕ ਅਹੁਦਿਆਂ ਤੇ ਬੈਠੇ ਨੇ ਅਹੁਦੇਦਾਰ ਨੇ ਜਾਂ ਜ਼ਿੰਮੇਵਾਰ ਲੋਕ ਨੇ ਜਿਹੜੇ, ਉਹਨਾਂ ਦਾ ਨਾਤਾ ਰਿਸ਼ਤਾ ਵੀ ਧਰਮ ਤੋਂ ਕੋਹਾਂ ਦੂਰ ਵਾਲਾ ਆ। ਜੀ ਕਿਉਂ, ਬਿਲਕੁਲ ਉਹਨਾਂ ਦੀ ਗੱਲ ਬਿਲਕੁਲ ਠੀਕ ਸੀਗੀ, ਕਿਉਂਕਿ ਜਿਹੜੇ ਧਰਮੀ ਲੋਕ ਹੁੰਦੇ ਨੇ ਨਾ ਹਰਕੀਰਤ ਸਿੰਘ ਜੀ, ਉਹਨਾਂ ਦੇ ਵਿੱਚ ਇਹ ਪੰਜ ਗੁਣ ਹੁੰਦੇ ਨੇ। ਤੇ ਇਹ ਪਹਿਲਾ ਗੁਣ ਹੁੰਦਾ ਉਹਨਾਂ ਵਿੱਚ ਨਿਰਮਲਤਾ, ਫਿਰ ਨਿਰਮਾਨਤਾ, ਫਿਰ ਦਿਆਲਤਾ, ਸ਼ੀਤਲਤਾ ਅਤੇ ਵਿਸ਼ਾਲਤਾ। ਇਹ ਪੰਜ ਗੁਣ ਧਰਮੀ ਗੁਣਾਂ ਦੇ ਵਿੱਚ ਹੁੰਦੇ ਨੇ, ਜਿਹੜੇ ਕਿ ਉੱਥੇ ਦੇ ਜਿਹੜੇ ਧਰਮੀ ਅਖੌਤੀ ਧਰਮੀ ਸ਼ਖਸ ਨੇ ਤੇ ਉਹਨਾਂ ਦੇ ਵਿੱਚ ਇਹ ਗੁਣ ਨਹੀਂ ਹਨ। ਤੇ ਇਹ ਤੇ ਧਰਮੀ ਲੋਕਾਂ ਦੇ ਗੁਣ ਹੋ ਗਏ ਨਾ। ਤੇ ਹੁਣ ਜਿਹੜੇ ਰਾਜਨੀਤਿਕ ਲੋਕ ਹੁੰਦੇ ਨੇ ਹਰਕੀਰਤ ਸਿੰਘ ਜੀ, ਉਹਨਾਂ ਦੇ ਵਿੱਚ ਕਿਹੜਾ ਗੁਣ ਹੁੰਦਾ? ਉਹਨਾਂ ਦੇ ਵਿੱਚ ਸਭ ਤੋਂ ਵੱਡਾ ਗੁਣ ਇਹ ਹੁੰਦਾ ਕਿ ਉਹ ਜਿਹੜਾ ਰਾਜਾ ਹੁੰਦਾ ਆ ਉਹ ਪ੍ਰਜਾ ਦਾ ਮਾਈ ਬਾਪ ਹੁੰਦਾ, ਔਰ ਮਾਈ ਬਾਪ ਬਣ ਕੇ ਵਿਚਰਦਾ ਆ, ਲੋਕ ਭਲਾਈ ਦੇ ਕੰਮ ਕਰਦਾ ਆ, ਸਮਾਜ ਸੁਧਾਰਕ ਹੁੰਦਾ ਆ। ਇਹ ਗੁਣ ਰਾਜਨੀਤਿਕ ਲੋਕ ਵਿੱਚ ਹੁੰਦੇ ਨੇ। ਹੁਣ ਜੇ ਧਰਮੀਆਂ ਵਿੱਚ ਵੀ ਇਹ ਜਿਹੜੇ ਮੈਂ ਗੁਣ ਦੱਸੇ ਨੇ ਉਹਨਾਂ ਵਿੱਚ ਨਹੀਂ ਹਨ ਤੇ ਰਾਜਨੀਤਿਕ ਲੋਕਾਂ ਵਿੱਚ ਵੀ ਇਹ ਰਾਜਨੀਤਿਕ ਗੁਣ ਨਹੀਂ ਹਨ, ਤਾਂ ਉੱਥੇ ਫਿਰ ਕੀ ਹੁੰਦਾ ਆ? ਉੱਥੇ ਫਿਰ ਇਹ ਹੁੰਦਾ ਵੀ ਜਿਹੜੇ ਉਹ ਇਨਸਾਨ ਨੇ ਉਹ ਇਨਸਾਨ ਨਹੀਂ ਰਹਿ ਜਾਂਦੇ, ਉਹ ਹੈਵਾਨ ਵੀ ਨਹੀਂ ਰਹਿ ਜਾਂਦੇ, ਉਹ ਸ਼ੈਤਾਨ ਬਣ ਚੁੱਕੇ ਹੁੰਦੇ ਨੇ। ਔਰ ਜਦੋਂ ਇਨਸਾਨ ਤੋਂ ਹੈਵਾਨ ਤੋਂ ਸ਼ੈਤਾਨ ਬਣ ਜਾਂਦਾ ਨਾ, ਉਹਦੇ ਵਿੱਚ ਫਿਰ ਸ਼ੈਤਾਨ ਵਾਲੇ ਗੁਣ ਆ ਜਾਂਦੇ ਨੇ ਹਰਕੀਰਤ ਸਿੰਘ ਜੀ। ਸ਼ੈਤਾਨ ਦੇ ਗੁਣ ਕਿਹੜੇ ਨੇ ਆਪਾਂ ਸਾਰਿਆਂ ਨੂੰ ਪਤਾ, ਉਹਦੇ ਵਿੱਚ ਉਹ ਗੁਣ ਹੁੰਦੇ ਨੇ ਬੇਈਮਾਨੀ ਤੇ ਬਦਮਾਸ਼ੀ। ਇਹ ਇਨਸਾਨ ਦੇ ਗੁਣ, ਇਨਸਾਨ ਦੇ ਜਿਹੜੇ ਗੁਣ ਹੁੰਦੇ ਨੇ ਮੈਂ ਪਹਿਲਾਂ ਕਹਿ ਦਿੱਤੇ ਨੇ, ਤੇ ਜਿਹੜੇ ਸ਼ੈਤਾਨ ਦੇ ਗੁਣ ਹੁੰਦੇ ਨੇ ਉਹ ਹੁੰਦੇ ਨੇ ਤੇ ਤੁਹਾਡਾ ਕਹਿਣ ਦਾ ਭਾਵ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਨੁਮਾਇੰਦੇ ਨੇ, ਜਿਹੜੇ ਸੀਨੀਅਰ ਲੀਡਰਸ ਨੇ, ਉਹਨਾਂ ਦੇ ਵਿੱਚ ਇਹ ਜਿਹੜੀ ਵਿਚਾਰਧਾਰਾ ਜਿਹੜੀ ਤੁਸੀਂ ਦੱਸ ਰਹੇ ਹੋ ਆ ਚੁੱਕੀ ਹੈ? ਜੀ ਜੀ ਜੀ, ਬੇਈਮਾਨੀ ਤੇ ਬਿਲਕੁਲ ਹੈਗੀ ਆ, ਬਿਲਕੁਲ ਹੈਗੀ ਆ। ਇਹ ਤੇ ਪੈਰ ਦੇਖੋ ਹਰਕੀਰਤ ਸਿੰਘ ਜੀ, ਹੁਣ ਇਹ ਸਾਰਿਆਂ ਦੇ ਸਾਹਮਣੇ ਮੇਰੇ ਕਹਿਣ ਦੀ ਤੇ ਗੱਲ ਨਹੀਂ ਹੈ ਜਾਂ ਤੁਹਾਡੇ ਕਹਿਣ ਦੀ ਗੱਲ ਨਹੀਂ ਹੈ। ਜਦੋਂ ਸ਼ੈਤਾਨ ਦੇ ਜਿਹੜੇ ਗੁਣ ਨੇ ਨਾ, ਇਹ ਬੇਈਮਾਨੀ ਤੇ ਬਦਮਾਸ਼ੀ, ਜਦੋਂ ਇਹ ਆ ਜਾਂਦੇ ਨੇ ਤਾਂ ਉਦੋਂ ਫਿਰ ਉਹੀ ਕੁਛ ਹੁੰਦਾ ਜੋ ਅੱਜ ਪੰਜਾਬ ਵਿੱਚ ਹੋ ਰਿਹਾ, ਸਾਡੇ ਸਾਹਮਣੇ ਪ੍ਰਤੱਖ ਹੋ ਰਿਹਾ। ਜੀ ਜੀ ਜੀ, ਇੱਥੋਂ ਸਾਬਤ ਹੋ ਜਾਂਦਾ ਨਾ ਵੀ ਇਹ ਗੁਣ ਉਹਨਾਂ ਵਿੱਚ ਹੈਗੇ ਨੇ, ਬੇਈਮਾਨੀ ਤੇ ਬਦਮਾਸ਼ੀ ਹੈਗੀ ਆ। ਜੀ ਜੀ ਜੀ
ਇਮਤਿਹਾਨ ਦਾ ਵਕਤ ਆ ਗਿਆ ਹੋਇਆ ਕਿਉਂਕਿ ਉਹ ਦੋਸ਼ੀਆਂ ਨੂੰ ਸਜ਼ਾ ਦੇਣਾ ਚਾਹੁੰਦੇ ਨੇ ਕਿ ਨਹੀਂ, ਇਹ ਬਹੁਤ ਵੱਡਾ, ਇਹ ਬਹੁਤ ਵੱਡਾ ਮਸਲਾ ਤੁਹਾਨੂੰ ਵੀ ਬਤਾਇਆ, ਕਿਉਂਕਿ ਅਜੇ ਤੱਕ ਤਾਂ ਕੈਪਟਨ ਸਾਹਿਬ ਇੱਕ ਤੀਰ ਨਾਲ ਦੋ ਨਿਸ਼ਾਨੇ ਹੀ ਕਰਨ ਦੀ ਕੋਸ਼ਿਸ਼ ਵਿੱਚ ਨੇ। ਭੋਗਲ ਜੀ, ਇੱਥੇ ਇੱਕ ਜਿਹੜੀ ਤਸਦੀਕ ਹੋਰ ਰੱਖੀ ਜਾ ਰਹੀ ਹੈ ਵਿਰੋਧੀ ਧਿਰ ਵੱਲੋਂ, ਉਹ ਇਹ ਕਹਿੰਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਦੀ ਹਿਮਾਇਤੀ ਨਹੀਂ ਹੋਣੀ ਚਾਹੀਦੀ, ਚਾਹੇ ਉਹ ਕੋਈ ਵੀ ਪਾਰਟੀ ਹੋਏ, ਉਹਨੂੰ ਫਰੀਡਮ ਹੋਣੀ ਚਾਹੀਦੀ ਹੈ, ਔਰ ਸਭ ਤੋਂ ਵੱਡੀ ਗੱਲ ਉਹ ਜਿਹੜੇ ਫੈਸਲਾ ਲੈਣਾ ਚਾਹੁੰਦੀ ਹੈ ਉਹ ਨਿਰਪੱਖ ਤਰੀਕੇ ਨਾਲ ਲੈਣ, ਕਿਸੇ ਦੇ ਦਬਾਅ ਦੇ ਉੱਤੇ ਆ ਕੇ ਨਾ ਲਏ। ਵਿਰੋਧੀ ਧਿਰ ਇਹ ਕਹਿੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਹਿਮਾਇਤੀ ਨੇ, ਚਾਹੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ, ਚਾਹੇ ਜਿਹੜੇ ਹੋਰ ਵੱਖ ਵੱਖ ਹਿਮਾਇਤੀ ਨੇ, ਉਹ ਬੇਸਿਕਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਿਮਾਇਤੀ ਨੇ ਅਤੇ ਉਹਨਾਂ ਦੀ ਗੱਲ ਕਰਦੇ ਨੇ। ਜੇਕਰ ਉਹਨਾਂ ਦੀ ਗੱਲ ਨਹੀਂ ਹੋਏਗੀ ਤਾਂ ਸ਼ਾਇਦ ਉਹਨਾਂ ਦੀ ਵੀ ਡਿਊਟੀਜ਼ ਜਿਹੜੀ ਹੈ ਉਹ ਉਸ ਸੰਬੰਧਿਤ ਨਹੀਂ ਹੋਏਗੀ। ਤਾਂ ਤੁਹਾਨੂੰ ਲੱਗਦਾ ਕਿ SGPC ਵੀ ਫਰੀ ਬਰਡ ਹੋਣੀ ਚਾਹੀਦੀ ਹੈ? ਬਿਲਕੁਲ ਹਰਕੀਰ ਸਿੰਘ ਜੀ, ਦੇਖੋ ਜੇ ਉਸ ਮੁਲਕ ਨੂੰ ਬਿਗੈਸਟ ਡੈਮੋਕਰੇਸੀ ਕਹਿਣ ਦੀਆਂ ਡਿੰਗਾਂ ਵੱਜਦੀਆਂ ਨੇ, ਉਸ ਡੈਮੋਕਰੇਸੀ ਦੇ ਵਿੱਚ ਤੇ ਤੁਸੀਂ ਜਥੇਬੰਦੀ ਦੀ ਗੱਲ ਕੀਤੀ ਆ, ਸਭਾ ਸੁਸਾਇਟੀ ਦੀ ਗੱਲ ਕਰ ਦਿੱਤੀ ਆ, ਉੱਥੇ ਤੇ ਹਰ ਮਨੁੱਖ ਨੂੰ ਹੱਕ ਹੋਣਾ ਚਾਹੀਦਾ ਬੋਲਣ ਦਾ। ਜੀ ਜੀ ਜੀ, ਡੈਮੋਕਰੇਸੀ ਲੋਕ ਰਾਜ ਤੇ ਫਿਰ ਉਹ ਹੀ ਕਹਿੰਦੇ ਨੇ ਨਾ। ਜੀ ਜੀ, ਜੇ ਇਹਨਾਂ ਨੂੰ ਲੋਕ ਰਾਜ ਦਾ ਇੰਨਾ ਹਿੱਤ ਸੀਗਾ, ਇੰਨਾ ਪਿਆਰ ਸੀ ਇਹਨਾਂ ਨੂੰ, ਤੇ ਜਦੋਂ ਸੰਸਦ ਦੇ ਵਿੱਚ ਬੈਠੇ ਸੀ ਇਹਨਾਂ ਨੂੰ ਬਾਹਰ ਜਾਣ ਦੀ ਲੋੜ ਹੀ ਨਹੀਂ ਸੀ। ਆਪਣਾ ਜਿਹੜਾ ਪੁਆਇੰਟ ਵਾ ਉਹ ਜਿਹੜੇ ਨੁਕਤਾ ਨਿਗਾਹ ਜਿਹੜੇ ਇਹਨਾਂ ਦੇ ਸੀਗੇ ਉੱਥੇ ਰੱਖਣੇ ਚਾਹੀਦੇ, ਅਸੈਂਬਲੀ ਦੇ ਵਿੱਚ ਬਹਿ ਕੇ ਇਹਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨੇ ਚਾਹੀਦੇ ਸੀਗੇ ਔਰ ਉਹਨਾਂ ਦਾ ਸਾਹਮਣਾ ਕਰਨਾ ਚਾਹੀਦਾ ਸੀਗਾ। ਕਿਰਨ ਸਿੰਘ ਜੀ, ਡੈਮੋਕਰੇਸੀ ਤੇ ਫਿਰ ਉਹੀ ਹੋਈ ਨਾ, ਹੁਣ ਬਾਹਰ ਜਾ ਕੇ ਪੰਜ ਰੁਪਏ ਦੀ ਰਣਜੀਤ ਸਿੰਘ ਹੋਰਾਂ ਦੀ ਜਿਹੜੀ ਰਿਪੋਰਟ ਵਾ ਉਹਨੂੰ ਵੇਚਣਾ, ਪੈਰਾਂ ਵਿੱਚ ਰੋਲਣਾ, ਇਹਨੂੰ ਤੁਸੀਂ ਮੈਨੂੰ ਦੱਸੋ ਇਮਾਨਦਾਰੀ ਨਾਲ, ਜਿੰਨੇ ਮੇਰੇ ਭੈਣ ਭਰਾ ਘਰ ਬੈਠੇ ਨੇ ਇਮਾਨਦਾਰੀ ਨਾਲ ਦੱਸਣ ਕਿ ਇਹ ਲੋਕ ਰਾਜ ਹੈ, ਇਹਨੂੰ ਲੋਕਤੰਤਰ ਕਹਿ ਸਕਦੇ ਹਾਂ, ਇਹਨੂੰ ਡੈਮੋਕਰੇਸੀ ਕਹਿ ਸਕਦੇ ਹਾਂ? ਜੀ 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 ਜੀ, ਬਿਲਕੁਲ ਗੁਰਦੇਵ, ਬਿਲਕੁਲ ਭੋਗਲ ਜੀ, ਮੈਂ ਚਾਹਾਂਗਾ ਕਿ ਤੁਸੀਂ ਆਪਣੇ ਭੋਗਲ ਜੀ ਆਪਣੇ ਥੋੜਾ ਜਲਦੀ ਖਤਮ ਕਰੋ, ਜਰੂਰ ਦੱਸਿਓ ਆਪਣੀ ਗੱਲ। ਬਈ ਕੋਈ ਹੱਥ ਜੋੜ ਜੋੜ ਰਾਜ ਨੂੰ ਕਹੇ ਸੇਵਾ, ਭਾਵੇਂ ਸੇਵਾ ਵੱਲ ਨਾ ਭੋਰਾ ਧਿਆਨ ਹੁੰਦਾ, ਸਦਾ ਸੇਵਾਦਾਰ ਸੱਚਾ ਸੇਵਾਦਾਰ ਕਦੇ ਨਾ ਕਰੇ ਦਾਵਾ, ਸੇਵਾ ਉਸ ਲਈ ਸਗੋਂ ਵਰਦਾਨ ਹੁੰਦਾ। ਬਈ ਜਿਸ ਨੂੰ ਸਾਹਮਣੇ ਖੜਾ ਬੰਦਾ ਨਾ ਨਜ਼ਰ ਆਵੇ ਉਹ ਪੂਰਨ ਤੌਰ ਤੇ ਅੰਨਾ ਇਨਸਾਨ ਹੁੰਦਾ, ਜਿਹੜਾ ਕੀੜੀ ਤੱਕ ਨੂੰ ਵੇਖਣ ਦੇ ਯੋਗ ਹੋਵੇ ਉਹ ਕੇਵਲ ਤੇ ਕੇਵਲ ਭਗਵਾਨ ਹੁੰਦਾ ਹੈ। ਕਿਆ ਬਾਤ ਹੈ, ਕਿਆ ਬਾਤ! ਬਈ ਬੇਸ਼ੱਕ ਸਿਰ ਝੂਠਿਆਂ ਦੇ ਨਹੀਂ ਕੋਈ ਸਿੰਘ ਹੁੰਦੇ, ਬੇਸ਼ੱਕ ਸਿਰ ਝੂਠਿਆਂ ਦੇ ਨਹੀਂ ਕੋਈ ਸਿੰਘ ਹੁੰਦੇ, ਤਾਂ ਵੀ ਥਾਂ ਥਾਂ ਉਹਨਾਂ ਦਾ ਅਪਮਾਨ ਹੁੰਦਾ, ਪੱਲੇ ਸੱਚਿਆਂ ਦੇ ਸੱਚੋ ਸੱਚ ਹੁੰਦਾ ਤਾਂ ਉਹਨਾਂ ਦਾ ਆਦਰ ਤੇ ਮਾਣ ਹੁੰਦਾ। ਬਈ ਕਿਹੜਾ ਕਹੇ ਮੈਂ ਸਭ ਕੁਝ ਜਿਹੜਾ ਕਹੇ ਮੈਂ ਸਭ ਕੁਝ ਜਾਣਦਾ ਹਾਂ, ਉਹਦੇ ਜੀਹਾਂ ਨਾਲ ਕੋਈ ਅਣਜਾਣ ਹੁੰਦਾ, ਜੋ ਕਹੇ ਥੋੜਾ ਤੇ ਕਰੇ ਬਹੁਤਾ, ਸੰਸਾਰ ਭਰ ਵਿੱਚ ਉਹਦਾ ਸਨਮਾਨ ਹੁੰਦਾ, ਯਾਰੋ ਸੰਸਾਰ ਭਰ ਵਿੱਚ ਉਹਦਾ ਸਨਮਾਨ ਹੁੰਦਾ। ਆਖਰੀ ਚਾਰ ਲਾਈਨਾਂ ਨੇ, ਬਈ ਜਿਹੜਾ ਛੱਜ ਵਿੱਚ ਪਾ ਭਲਿਆਂ ਛੱਟਦਾ ਰਹੇ, ਆ ਜਿਹੜੇ ਅੱਜ ਜੋ ਕੁਛ ਹੋ ਰਿਹਾ ਹੁਣ, ਜਿਹੜਾ ਛੱਜ ਵਿੱਚ ਪਾ ਭਲਿਆਂ ਛੱਟਦਾ ਰਹੇ ਉਹ ਸਿਰੇ ਦਾ ਸ਼ੋਧਾ ਸ਼ੈਤਾਨ ਹੁੰਦਾ, ਸਾਰੀ ਦੁਨੀਆ ਉਸਨੂੰ ਕੋਝਾ ਡਰਪੋਕ ਆਖੇ, ਭਾਵੇਂ ਵੇਖਣ ਨੂੰ ਕਿੱਡਾ ਭਲਵਾਨ ਹੁੰਦਾ। ਕਿਆ ਬਾਤ ਹੈ, ਕਿਆ ਬਾਤ! ਬਈ ਜਿਸਦੇ ਰੋਮ ਰੋਮ ਵਿੱਚ ਰਿਸ਼ਵਤਖੋਰੀ ਰਚੀ ਹੋਵੇ, ਆਖਰੀ ਦੋ ਲਾਈਨਾਂ ਨੇ ਵੀਰ ਜੀ, ਬਈ ਜਿਸਦੇ ਰੋਮ ਰੋਮ ਵਿੱਚ ਰਿਸ਼ਵਤਖੋਰੀ ਰਚੀ ਹੋਵੇ ਉਹਦੇ ਜੇਡਾ ਨਾ ਕੋਈ ਬੇਈਮਾਨ ਹੁੰਦਾ, ਉਹ ਸਦਾ ਚੰਮਦੀਆਂ ਭੋਗਲ ਚੱਲਦੀਆਂ ਨਹੀਂ, ਚੌਂ ਦਿਨਾਂ ਦਾ ਉਹ ਮਹਿਮਾਨ ਹੁੰਦਾ, ਸਦਾ ਚੰਮਦੀਆਂ ਭੋਗਲ ਚੱਲਦੀਆਂ ਨਹੀਂ, ਚੌਂ ਦਿਨਾਂ ਦਾ ਉਹ ਮਹਿਮਾਨ ਹੁੰਦਾ, ਯਾਰੋ ਚੌਂ ਦਿਨਾਂ ਦਾ ਉਹ ਮਹਿਮਾਨ ਹੁੰਦਾ। ਇਹ ਮੇਰੇ ਆਖਰੀ ਜਿਹੜੇ ਕਮੈਂਟ ਸੀਗੇ ਇਹ ਤੁਹਾਨੂੰ ਮੈਂ ਦੇ ਦਿੱਤੇ ਨੇ। ਬਹੁਤ ਬਹੁਤ ਧੰਨਵਾਦ ਭੋਗਲ ਜੀ, ਤੁਸੀਂ ਸਾਡੇ ਨਾਲ ਜੁੜੇ ਫੋਨ ਲਾਈਨ ਦੇ ਉੱਤੇ ਔਰ ਆਪਣੀ ਤੁਸੀਂ ਤਸਵੀਰ ਵੀ ਬਕਾਇਦਾ ਤੌਰ 'ਤੇ ਸਾਨੂੰ ਭੇਜੀ ਮੇਲ ਦੇ ਰਾਹੀਂ, ਅਤੇ ਮੈਂ ਉਹਨਾਂ ਸਾਰੇ ਦਰਸ਼ਕਾਂ ਦਾ ਦਰਖਾਸਤ ਕਰਾਂਗਾ। ਜੀ, ਬਹੁਤ ਬਹੁਤ ਧੰਨਵਾਦ ਭੋਗਲ ਜੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੋ ਸਾਡੇ ਦਰਸ਼ਕ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹਨ ਉਹ ਮੈਨੂੰ ਮੇਲ ਕਰ ਸਕਦੇ ਹਨ ਆਪਣੀ ਤਸਵੀਰ, ਆਪਣੀ ਫੋਟੋ ਅਤੇ ਆਪਣਾ ਨਾਂ, ਉਹ ਕਿਹੜੇ ਸ਼ਹਿਰ ਤੋਂ ਨੇ, ਅਤੇ ਅਸੀਂ ਬਕਾਇਦਾ ਤੌਰ 'ਤੇ ਉਹਨਾਂ ਨੂੰ ਮੁੱਦੇ ਦੇ ਉੱਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਉਹਨਾਂ ਦੀ ਤਸਵੀਰ ਲਾ ਕੇ ਲੈ ਕੇ ਆਵਾਂਗੇ, ਔਰ ਜਿਹੜੇ ਤੁਹਾਡੇ ਵਿਚਾਰ ਨੇ ਉਹ ਤੁਸੀਂ ਜਿਹੜੇ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਹੋ
ਉਹ ਵੀ ਅਸੀਂ ਜ਼ਰੂਰ ਸਾਂਝੇ ਕਰਾਂਗੇ। ਈਮੇਲ ਤੁਸੀਂ ਸਾਡੀ ਲਿਖ ਲਿਓ info@justbroadcasting.com, harkirat@justbroadcasting.com ਦੇ ਉੱਤੇ, ਔਰ ਆਪਣੇ ਕਮੈਂਟਸ, ਆਪਣੇ ਫੀਡਬੈਕ ਵੀ ਤੁਸੀਂ ਮੈਨੂੰ ਇਸ ਮੇਲ ਦੇ ਉੱਤੇ ਭੇਜ ਸਕਦੇ ਹੋ। ਫਿਲਹਾਲ ਮੈਂ ਇੱਥੇ ਨਿੱਕੇ ਜਿਹੇ ਵਕਫੇ ਲਈ ਰੁਕ ਰਿਹਾ। ਵਕਫੇ ਤੋਂ ਬਾਅਦ ਵੀ ਅੱਜ ਅਸੀਂ ਕਰਾਂਗੇ ਵਿਚਾਰ ਵਟਾਂਦਰਾ ਇਸੀ ਮੁੱਦੇ ਦੇ ਉੱਤੇ, ਜੋ ਕਿ ਪੰਜਾਬ ਦੀ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਦੇ ਵੱਲ ਲੈ ਕੇ ਜਾ ਰਿਹਾ। ਇਸ ਬ੍ਰੇਕ ਤੋਂ ਸਪਾਰ